हरसिमरत कौर बादल ने आपके ऊपर अटैक किया है कि कैप्टन अमरिंदर सिंह दिस हैज गॉन ऑन शी हरसिमरत कौर और मैं ट्विटर पे आ गया, टेलीविजन पे आ गई, एक पूरा हफ्ता चलती रही और दोबारा आप क्या पूछ रहे हो। कैप्टन अमरिंदर सिंह ने यही कहा है ना कि लंदन में मेरे दादाजी ने किसी हाथ मनाया था। नहीं सर, वो ये कह रहे हैं कि आपके दादाजी ने लेटर लिखी थी, जनरल डायर को लेटर लिखी थी जिसमें ये कहा था कि आपने जो किया है ये बिल्कुल ठीक किया है। ये उल्टा कर रही है, दावत देने वाले तो उसका दादा था अपना मिस्टर सुंदर सिंह मजीठा। ये तो ऐसे कहने वाली बात है। बिजनेस एडवाइजरी कमेटी के कांग्रेस जी अपनी जिम्मेवारी तो बिल्कुल भज गई है, उन्होंने सैशन वधाउन ते कोरा जवाब देता है। जिहड़े असी मुद्दे ते डिस्कशन करने लिखिया सी उन्होंने, वो कहिंदे वी इहदे बारे असी आने वाले समय मैं फैसला देऊंगा। असी कहा भी सैशन तो चल रहा है, तुसीं कद देओगे? तो उन्होंने एको ही कह के भी साडे कोल बिजनेस नहीं है, सफिशेंट बिजनेस, इसलिए सैशन वधाउन की लोड़ नहीं। तो असी उस दा विरोध किया, तो साडी मंग अज भी उही है कि सैशन जिहड़ा घट्टो घट्ट एक हफ्ते का सैशन होना चाहिए ताकि असी पंजाब दे भखदे मसलियां ते गल कर सकीए, सरकार दा ध्यान दवा सकीए। सरकार दा डिस्कशन तो भजना मतलब एको ही है कि सरकार कोई जवाब नहीं है ते ना ही इन्हां मसलियां दा सरकार कोई हल करना चाहुंदी है। ਕਿਉਂਕਿ ਆਪਾਂ ਕੋਈ ਪੰਜਾਬ ਦਾ ਕੰਮ ਨਹੀਂ ਕੀਤਾ ਹੈਗਾ ਅਤੇ ਇਸ ਕਰਕੇ ਮੈਂ ਜਿਹੜਾ ਅੱਜ ਦਾ ਮੇਰਾ TAD ਹੈ ਉਹ ਮੈਂ ਸਰੈਂਡਰ ਕਰਨਾ ਚਾਹੁੰਦਾ। ਮੈਂ ਸਰ ਇੱਕ ਚੀਜ਼ ਤੁਹਾਡੇ ਧਿਆਨ 'ਚ ਹੋਰ ਵੀ ਲਾਉਣਾ ਚਾਹੂੰਗਾ, ਆਹ ਮੇਰੇ ਕੋਲ ਰਿਕਾਰਡ ਹੈ 48 ਤੋਂ 1948 ਤੋਂ, ਸਰ 1948 ਤੋਂ ਲੈ ਕੇ 79 ਤੱਕ ਰੈਗੂਲਰਲੀ ਓਬੀਚਰੀਜ਼ ਵਾਲੇ ਦਿਨ ਜਿਹੜਾ ਉਹ ਬਿਜ਼ਨਸ ਹੁੰਦਾ ਰਿਹਾ। ਪੱਕੀ ਰਵਾਇਤ ਪੈ ਗਈ ਕਿ ਕੰਮ ਨਹੀਂ ਹੋਊਗਾ ਜੀ ਉਸ ਦਿਨ। ਮੇਰੀ ਤੁਹਾਨੂੰ ਰਿਕੁਐਸਟ ਇਹ ਹੈ ਕਿ ਇਹ ਇਹ ਜਿਹੜਾ ਇਹ ਮੇਰੇ ਖਿਆਲ ਦੇ ਵਿੱਚ ਕਿਉਂਕਿ ਆਲਰੇਡੀ ਪੰਜਾਬ ਹੈ ਜਿਹੜਾ ਦੇਖੋ ਮੈਂ ਅੱਜ ਕਿਉਂਕਿ ਸ਼ਰਧਾਂਜਲੀਆਂ ਦਾ ਦਿਨ ਸੀਗਾ, ਸਿਰਫ 14 ਮਿੰਟ ਸੈਸ਼ਨ ਹੈ ਜਿਹੜਾ ਉਹ ਸ਼ਰਧਾਂਜਲੀਆਂ ਦੇ ਕੇ ਖਤਮ ਕਰ ਦਿੱਤਾ ਗਿਆ। ਮੇਰੀ ਆਤਮਾ ਇਹ ਮੰਨਦੀ ਹੈ ਕਿ ਜਦੋਂ ਕੋਈ ਕੰਮ ਨਹੀਂ ਕੀਤਾ ਹੈਗਾ ਤਾਂ ਉਦੋਂ ਦਾ ਭੱਤਾ ਵੀ ਨਹੀਂ ਲੈਣਾ ਚਾਹੀਦਾ, ਆਪਦੇ ਹੱਕ ਲਾਲ ਦੀ ਜਿਹੜੀ ਕਮਾਈ ਹੈ ਉਹ ਲੈਣੀ ਚਾਹੀਦੀ ਹੈ। ਮੈਂ ਇਸ ਕਰਕੇ ਜਿਹੜਾ ਅੱਜ ਦਾ ਮੇਰਾ TADA ਜਿੰਨਾ ਬਣਦਾ ਉਹ ਮੈਂ ਸਪੀਕਰ ਸਾਹਿਬ ਨੂੰ ਚਿੱਠੀ ਦੇ ਕੇ ਆਇਆ ਸਰੈਂਡਰ ਕਰਨ ਦੇ ਲਈ। ਪੰਜਾਬ ਭਾਈ ਸਾਹਿਬ ਅੱਜ 2.5 ਲੱਖ ਕਰੋੜ ਦਾ ਕਰਜ਼ਾ ਹੀ ਹੋਇਆ ਪਿਆ, 70 ਲੱਖ ਰੁਪਏ ਜਿਹੜਾ ਉਹ ਇੱਕ ਦਿਨ ਵਿਧਾਨ ਸਭਾ ਚਲਾਉਣ ਦੇ ਉੱਪਰ ਲੱਗ ਜਾਂਦਾ ਹੈ। ਸੋ ਇਸ ਕਰਕੇ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਹੈਗੀ, ਸੋ ਇਸ ਕਰਕੇ ਮੈਂ ਸਰੈਂਡਰ ਕਰਕੇ ਔਰ ਮੈਂ ਉਹਨਾਂ ਨੂੰ ਇਹ ਚਾਰਟ ਦੇ ਕੇ ਆਇਆ। ਵਿਧਾਨ ਸਭਾ ਦਾ ਹੀ ਚਾਰਟ ਹੈ ਜਿਹਦੇ ਵਿੱਚ 1948 ਤੋਂ ਲੈ ਕੇ 79 ਤੱਕ ਰੈਗੂਲਰਲੀ ਕੰਮ ਹੁੰਦਾ ਰਿਹਾ ਓਬੀਚਰੀਜ਼ ਵਾਲੇ ਦਿਨ, ਸ਼ਰਧਾਂਜਲੀਆਂ ਵਾਲੇ ਦਿਨ, ਪਰ ਉਸ ਤੋਂ ਬਾਅਦ ਘਟਦਾ ਗਿਆ, ਕਦੇ ਯੈਸ ਹੈ ਕਦੇ ਨੋ ਹੈ, ਅਤੇ 2003 ਤੋਂ ਬਾਅਦ ਪੱਕਾ ਹੀ ਅਸੂਲ ਬਣਾ ਲਿਆ ਕਿ ਕੰਮ ਕਰਨਾ ਹੀ ਨਹੀਂ ਹੈਗਾ। ਉਸ ਤੋਂ ਬਾਅਦ ਸਿੱਧਾ 2003 ਤੋਂ ਲੈ ਕੇ 18 ਤੱਕ ਨੋ ਚੱਲ ਰਹੀ ਹੈ। ਸੋ ਮੈਂ ਸਮਝਦਾ ਕਿ ਇਹ ਗਲਤ ਹੈ, ਇਹ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ। ਸੋ ਇਸ ਕਰਕੇ ਮੈਂ ਇੱਕ ਸੰਕੇਤਕ ਰੂਪ ਦੇ ਵਿੱਚ ਮੈਂ ਸਰਕਾਰ ਨੂੰ ਜਗਾਉਣ ਦੇ ਲਈ, ਇੱਕ ਸੁਨੇਹਾ ਦੇਣ ਦੇ ਲਈ ਮੈਂ ਇਹ ਸਰੈਂਡਰ ਕਰਕੇ ਆਇਆ। ਦੇਖੋ ਜੇ ਸਰਕਾਰ ਔਰ ਸਪੀਕਰ ਸਾਹਿਬ ਸਿਰਫ ਸਰਕਾਰੀ ਕੰਮ ਨੂੰ ਬਿਜ਼ਨਸ ਮੰਨਦੇ ਨੇ
ਤੇ ਫਿਰ ਤਾਂ ਸਿਰਫ 2 ਬਿੱਲ ਲੈ ਕੇ ਆ ਰਹੇ ਨੇ, ਉਹ 10 ਮਿੰਟ ਦੇ ਵਿੱਚ ਅੱਜ ਵੀ ਖਤਮ ਕਰ ਸਕਦੇ ਸੀਗੇ। ਪਰ ਬਿਜ਼ਨਸ ਹੈ ਜਿਹੜਾ ਸਰਕਾਰ ਦਾ ਬਿਜ਼ਨਸ ਹੈ, ਸਰਕਾਰ ਤਾਂ ਆਪਦਾ ਬਿਜ਼ਨਸ ਸੈਕਟਰੀਏਟ ਦੀ ਬੈਠਕ ਵੀ ਚਲਾ ਸਕਦੀ ਹੈ। ਬਿਜ਼ਨਸ ਹੈ ਜਿਹੜਾ ਉਹ ਲੋਕਾਂ ਦੇ ਬਿਜ਼ਨਸ ਹੈ ਜਿਹੜਾ ਉਹ ਵਿਰੋਧੀ ਧਿਰ ਚੱਕਦੀ ਹੁੰਦੀ ਹੈ। ਸਾਡੇ ਤਕਰੀਬਨ 125 ਸਵਾਲ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਦੇ, ਕਾਲ ਅਟੈਂਸ਼ਨ ਮੋਸ਼ਨ ਤਕਰੀਬਨ 15 ਦੇ ਕਰੀਬ ਲੱਗੀਆਂ ਨੇ, 6 ਤਾਂ ਮੇਰੀਆਂ ਆਪਣੀਆਂ ਲੱਗੀਆਂ ਨੇ। ਕੀ ਇਹ ਲੋਕਾਂ ਦੇ ਮੁੱਦੇ ਨਹੀਂ ਹੈਗੇ? ਪਰ ਜਦੋਂ ਕਰਨਾ ਹੀ ਨਹੀਂ, ਇਹਨਾਂ ਨੇ ਕੁਛ ਕਰਨਾ ਚਾਹੁੰਦੇ ਹੀ ਨਹੀਂ ਹੈਗੇ, ਨੀਅਤ ਹੀ ਨਹੀਂ ਹੈਗੀ। ਸੋ ਇਸ ਕਰਕੇ ਸਿਰ ਬਿਜ਼ਨਸ ਦਾ ਬਹਾਨਾ ਦੇ ਕੇ ਇਹ ਭੱਜਦੇ ਨੇ। ਸਾਡੇ ਕੋਲ ਮੁੱਦੇ ਹੀ ਮੁੱਦੇ ਨੇ ਪਰ ਸੁਣਵਾਈ ਕਰਨ। ਸੋ ਇਸ ਕਰਕੇ ਮੈਂ ਸਮਝਦਾ ਕਿ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਔਰ ਧੱਖਾ ਹੋ ਰਿਹਾ। ਥੈਂਕ ਯੂ। ਬਹੁਤ ਵੱਡੇ ਇੱਕ ਮਨੁੱਖੀ ਸੇਵਾ ਦੇ ਪੁੰਜ ਸਨ, ਉਹਨਾਂ ਦੇ ਜਾਣ ਨਾਲ ਬੜਾ ਘਾਟਾ ਪਿਆ। ਉਹਨਾਂ ਦੀ ਯਾਦਗਾਰ ਬਾਰੇ ਜਾਂ ਉਹਨਾਂ ਦੇ ਮਾਨ ਪ੍ਰੰਤ ਕੋਈ ਸਨਮਾਨ ਬਾਰੇ ਸਰਕਾਰ ਨੇ ਸੋਚਿਆ? ਇਹ ਸਰਕਾਰ ਦਾ ਕੰਮ ਹੈ, ਇਹ ਸਰਕਾਰ ਦਾ ਕੰਮ ਹੈ। ਲੇਕਿਨ ਅੱਜ ਵਿਧਾਨ ਸਭਾ ਨੇ 2 ਮਿੰਟ ਦਾ ਮੌਨ ਵੀ ਰੱਖਿਆ ਔਰ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਤੁਸੀਂ ਆਪਦੇ ਵੱਲੋਂ ਕੁਛ ਰਿਕਮੈਂਡੇਸ਼ਨ ਦੇਣਾ ਚਾਹੁੰਦੇ ਹੋ ਇਸ ਚੀਜ਼ ਬਾਰੇ? ਸਨਮਾਨ ਇਹ ਸਰਕਾਰ ਨਾਲ ਗੱਲ ਕਰਾਂ ਜੀ, ਸਰਕਾਰ ਨਾਲ ਗੱਲ ਕਰਾਂ। ਫਤਿਹਵੀਰ ਨੂੰ ਵੀ ਸਰ ਯਾਦ ਕੀਤਾ ਗਿਆ? ਹਾਂ, ਫਤਿਹਵੀਰ ਨੂੰ ਵੀ ਯਾਦ ਕੀਤਾ ਗਿਆ। ਫਤਿਹਵੀਰ ਦਾ ਵੀ ਕੁਛ ਮੈਂਬਰ ਸਾਹਿਬਾਨ ਦੇ ਸੁਝਾਅ ਆਇਆ ਸੀ ਕਿ ਫਤਿਹਵੀਰ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਏ। ਫਿਰ ਸਾਰੇ ਹਾਊਸ ਨੇ ਸਮੂਹਿਕ ਤੌਰ 'ਤੇ ਫੈਸਲਾ ਕਰਕੇ ਫਤਿਹਵੀਰ ਦਾ ਨਾਮ ਵੀ ਉਹਨਾਂ ਸ਼ਖਸੀਅਤਾਂ ਵਿੱਚ ਸ਼ਾਮਿਲ ਕੀਤਾ, ਉਹਨਾਂ ਰੂਹਾਂ ਵਿੱਚ ਸ਼ਾਮਿਲ ਕੀਤਾ ਜਿਨ੍ਹਾਂ ਨੂੰ ਵਿਧਾਨ ਸਭਾ ਨੇ ਸ਼ਰਧਾਂਜਲੀ ਦਿੱਤੀ।